ਸ੍ਰੀ ਗੁਰੂ ਹਰਗੋਬਿੰਦ 6ਵੇਂ ਪਾਤਸ਼ਾਹੀ ਦੇ ਗੁਰਤਾ ਗੱਦੀ ਦਿਵਸ ਦੇ ਮੌਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਵਿੱਚ ਜਲੋਅ ਸਾਹਿਬ ਸਜਾਏ ਗਏ। ਗੁਰੂ ਸਾਹਿਬਾਨਾਂ ਦੇ ਅਸਤਰ ਸ਼ਸਤਰ ਹੀਰੇ ਜਵਾਹਰਾਤ ਸਜਾਏ ਗਏ। ਸ਼ਰਧਾਲੂਆਂ ਨੇ ਇਸ ਮੌਕੇ ਦਰਸ਼ਨ ਕਰ ਆਪਣੇ ਆਪ ਨੂੰ ਭਾਗਸ਼ਾਲੀ ਸਮਝਿਆ ਅਤੇ ਦੇਸ਼ ਦੁਨੀਆ ਵਿੱਚ ਅਮਨ ਸ਼ਾਂਤੀ ਦੀ ਅਰਦਾਸ ਵੀ ਕੀਤੀ। ਪਰਵ ਦੀਆਂ ਸਮੁੱਚੇ ਜਗਤ ਵਿੱਚ ਬੈਠੀਆਂ ਨਾਨਕ ਨਾਮ ਲਈ ਵਸਿੱਖ ਸੰਗਤਾਂ ਔਰ ਸਮੁੱਚੇ ਗੁਰੂ ਖਾਲਸਾ ਪੰਥ ਦਾਸ ਵੱਲੋਂ ਬਹੁਤ ਬਹੁਤ ਮੁਬਾਰਕਾਂ। ਅੱਜ ਦੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਿਆਈ ਦੀ ਦਾਤ ਪ੍ਰਾਪਤ ਹੋਈ ਸੀ ਔਰ ਇਹਨੂੰ ਅਸੀਂ ਗੁਰਿਆਈ ਪਰਵ ਵਜੋਂ ਜਿਹੜਾ ਹੈ ਮਨਾਉਂਦੇ ਹਾਂ। ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਹ ਪੁਰਬ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ, ਉਪਰੰਤ ਦੀਵਾਨ ਸਜੇ ਨੇ ਔਰ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਇੱਕ ਵਾਰੀ ਫਿਰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਸ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਸਿੰਘ ਸਾਹਿਬ ਕੀ ਆਸ ਕਰੀਏ ਅਗਲੇ ਗੁਰਪੁਰਬ ਤੱਕ ਖੁੱਲ੍ਹੇ ਦਰਸ਼ਨ ਦੀਦਾਰ ਹੋਣਗੇ? ਕਦੋਂ ਦਰਸ਼ਨ ਦੀਦਾਰੇ ਜਿਹੜੇ ਆਉਣ ਵਾਲਾ ਜਿਹੜਾ 10-12-15 ਦਿਨਾਂ ਨੂੰ ਜਿਹੜਾ ਗੁਰਪੁਰਬ ਹੈ ਉਸ ਦਿਨ 'ਤੇ ਹੀ ਅਸੀਂ ਵਧੀਆ ਢੰਗ ਨਾਲ ਉਹਨੂੰ ਮਨਾਈਏ। ਆਸ ਉਮੀਦ ਹੈ ਅਕਾਲ ਪੁਰਖ ਅੱਗੇ ਅਰਦਾਸ ਵੀ ਹੈ ਸੱਚੇ ਪਾਤਸ਼ਾਹ ਇਸ ਮਹਾਂਮਾਰੀ ਤੋਂ ਨਜ਼ਾਤ ਬਖਸ਼। ਸਿੰਘ ਸਾਹਿਬ ਘੱਲੂਘਾਰਾ ਦਿਵਸ ਆ ਰਿਹਾ, ਉਹਦੇ ਵਿੱਚ ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਹੋ? ਕਿਉਂਕਿ ਲੋਕਡਾਊਨ ਹਾਲੇ ਵੀ ਚੱਲ ਰਿਹਾ ਕਿ ਸਥਿਤੀ ਹਾਲੇ ਵੀ ਗੰਭੀਰ ਬਣੀ? ਅਜੇ ਦੇਖਦੇ ਹਾਂ ਕੀ ਹੈ, ਜਦੋਂ ਕਾਫੀ ਦਿਨ ਪਏ ਹਜੇ ਬਣਾਉਣੇ। ਸ਼ਰਧਾਲੂਆਂ ਦੀ ਰਿਪੋਰਟਾਂ ਨੈਗੇਟਿਵ ਆਉਣੀ ਸ਼ੁਰੂ ਹੋ ਗਈ ਹੁਣ ਤੱਕ, ਇਹ ਖੁਸ਼ੀ ਵਾਲੀ ਗੱਲ ਹੈ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਹਜ਼ੂਰ ਸਾਹਿਬ ਤੋਂ ਜਿਹੜੀ ਸੰਗਤ ਪਰਤੀ ਹੈ ਉਹਨਾਂ ਦੇ ਵਿੱਚੋਂ ਇੱਕ ਵੀ ਐਸਾ ਨਹੀਂ ਹੋਊਗਾ ਜਿਹਨੂੰ ਕੋਈ ਭਿਆਨਕ ਜਿਹੜਾ ਹੈ ਉਹ ਰੋਗ ਕਾਰਨ ਜਿਹੜਾ ਆਪਣਾ ਨੁਕਸਾਨ ਝੱਲਣਾ ਪਵੇ। ਸਾਰੇ ਜਿਹੜੇ ਹਜ਼ੂਰ ਸਾਹਿਬ ਤੋਂ ਆਈ ਸੰਗਤ ਦੇ ਵਿੱਚੋਂ ਹੀ ਸਾਰੇ ਜਿਹੜੇ ਰਜ਼ਾਮੰਦ ਹੋ ਕੇ ਆਪਣੇ ਘਰਾਂ ਨੂੰ ਜਾਣਗੇ, ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 'ਤੇ ਪੂਰਾ ਭਰੋਸਾ ਹੈ ਔਰ ਅਰਦਾਸ ਹੈ ਕਿ ਬਾਕੀ ਸਾਰੇ ਵੀ ਪੂਰੇ ਵਿਸ਼ਵ ਦੇ ਵਿੱਚ ਬੈਠੇ ਜਿਹੜੇ ਇਸ ਬਿਮਾਰੀ ਕਾਰਨ ਪੀੜਿਤ ਹੋਏ ਆ ਉਹ ਸਿਹਤ ਜਾਗ ਹੋ ਕੇ ਆਪਣੇ ਘਰਾਂ ਨੂੰ ਜਾਣ। ਸਿੰਘ ਸਾਹਿਬ, ਪਰ ਜਿਸ ਸਰਕਾਰ ਦੇ ਉੱਤੇ ਕਿਹਾ ਜਾ ਰਿਹਾ ਸੀ ਕਿ ਬੜਾ ਉਹਨਾਂ ਨੇ ਮਾੜਾ ਕੰਮ ਕੀਤਾ, ਬਹੁਤ ਗਲਤ ਕਿਹਾ ਗਿਆ, ਪਰ ਹੁਣ ਜਦੋਂ ਸ਼ਰਧਾਲੂ ਬਾਹਰ ਆਏ ਉਹ ਤਾਂ ਹਸਪਤਾਲਾਂ ਦੀ ਤਾਰੀਫ ਕਰ ਰਹੇ ਨੇ। ਚਲੋ ਠੀਕ ਹੈ, ਸਰਕਾਰ ਨੇ ਆਪਣਾ ਪ੍ਰਬੰਧ ਦਰੁਸਤ ਕੀਤਾ, ਤਾਰੀਫ ਕਰ ਰਹੇ ਹਾਂ, ਜੇ ਕੋਈ ਚੰਗਾ ਹੋਇਆ ਤਾਂ ਤਾਰੀਫ ਕਰ ਰਹੇ ਹਾਂ, ਤਾਂ ਮਾੜੀ ਗੱਲ ਵੀ ਨਹੀਂ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ, ਮੈਂ ਸਾਰਿਆਂ ਨੂੰ ਇਸ ਪਾਵਨ ਪੁੱਤਰ ਦਿਹਾੜੇ 'ਤੇ ਮੁਬਾਰਕਬਾਦ ਦਿੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਕਡਾਊਨ ਦੇ ਚੱਲਦਿਆਂ, ਕਰਫਿਊ ਦੇ ਚੱਲਦਿਆਂ ਸੰਗਤਾਂ ਦੀ ਆਮਦ ਭਾਵੇਂ ਬਹੁਤ ਘੱਟ ਆ, ਪਰ ਫਿਰ ਵੀ ਮਰਜ਼ਾਦਾ ਦੇ ਤੌਰ 'ਤੇ, ਰਵਾਇਤਾਂ ਦੇ ਤੌਰ 'ਤੇ, ਪਰੰਪਰਾਵਾਂ ਨੂੰ ਬਹਾਲ ਰੱਖਣ ਲਈ ਸਤਿਗੁਰੂ ਜੀ ਦਾ ਇਹ ਪਾਵਨ ਪੁੱਤਰ ਗੁਰਪੁਰਬ ਜਿਹੜਾ ਵਾ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਅਖੰਡ ਪਾਠ ਸਾਹਿਬ ਰੱਖਿਆ ਗਿਆ ਵਾ। ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਕੀਰਤਨ ਹੋਵੇਗਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਬਾ ਅਟਲ ਰਾਏ 'ਤੇ ਜਿਹੜੇ ਅੱਜ ਜਲਾਉ ਸੱਜਣਗੇ। ਸ਼ਾਮ ਨੂੰ ਦੀਪਮਾਲਾ ਹੋਵੇਗੀ ਸੰਗਤ ਅਤੇ ਕਰਫਿਊ ਦੇ, ਪਰ ਫਿਰ ਵੀ ਕੁਝ ਸ਼ਰਧਾਲੂ ਪ੍ਰੀਤਵਾਨ ਜਿਹੜੇ ਨੇ ਉਹ ਸ਼ਰਧਾ ਸਤਿਕਾਰ ਭੇਟ ਕਰਨ ਲਈ ਸਤਿਗੁਰੂ ਦੇ ਦਰ 'ਤੇ ਆ ਰਹੇ ਨੇ। ਅਸੀਂ ਰਵਾਇਤ ਦੇ ਤੌਰ 'ਤੇ, ਪਰੰਪਰਾ ਦੇ ਤੌਰ 'ਤੇ, ਮਰਜ਼ਾਦਾ ਦੇ ਤੌਰ 'ਤੇ, ਸ਼ਰਧਾ ਭਾਵਨਾ ਦੇ ਨਾਲ ਗੁਰਪੁਰਬ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਮਨਾ ਰਹੇ ਹਾਂ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੁਰਗੱਦੀ 'ਤੇ ਬਿਰਾਜਮਾਨ ਹੋ ਕੇ ਸਿੱਖ ਸੀਟ ਆਫ ਅਥਾਰਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸੀ ਉਸਾਰੀ ਕੀਤੀ, ਚਾਰ ਜੰਗਾਂ ਲੜੀਆਂ ਜਬਰ ਜ਼ੁਲਮ ਦੇ ਵਿਰੁੱਧ, ਅਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਵੱਡੇ ਕਾਰਜ ਕੀਤੇ। ਅੱਜ ਦੇ ਦਿਨ 'ਤੇ ਅਸੀਂ ਉਹਨਾਂ ਨੂੰ ਯਾਦ ਕਰਕੇ, ਮਹਾਂਬਲੀ ਨੂੰ ਯਾਦ ਕਰਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ। ਗੁਰਤਾ ਗੱਦੀ ਦਿਵਸ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਕੀਰਤਨ ਹੋਇਆ, ਅਰਦਾਸ ਕੀਤੀ ਗਈ ਸਤਿਗੁਰੂ ਦੇ ਚਰਨਾਂ 'ਚ। ਮੀਰੀ ਪੀਰ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜਿਸ ਵੇਲੇ ਗੁਰਗੱਦੀ 'ਤੇ ਬਿਰਾਜਮਾਨ ਹੁੰਦੇ ਨੇ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਉਪਰੰਤ ਅਤੇ ਗੁਰਗੱਦੀ 'ਤੇ ਬਿਰਾਜਮਾਨ ਹੋਣ 'ਤੇ ਉਹਨਾਂ ਨੇ ਮੀਰੀ ਪੀਰ ਦੀਆਂ ਤਲਵਾਰਾਂ ਧਾਰਨ ਕੀਤੀਆਂ, ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਜਿਹੜੀ ਸਿੱਖ ਸੀਟ ਆਫ ਅਥਾਰਟੀ ਆ, ਸਾਵਰਨ ਸਿੱਖ ਸੀਟ ਆਫ ਅਥਾਰਟੀ ਆ, ਸੁਤੰਤਰ ਸਿੱਖ ਸੋਚ ਦੀ ਜਿਹੜੀ ਸੰਸਥਾ ਸੀ ਉਹਦੀ ਸਥਾਪਤੀ ਕੀਤੀ, ਚਾਰ ਜੰਗਾਂ ਕੀਤੀਆਂ ਜਬਰ ਜ਼ੁਲਮ ਦੇ ਵਿਰੁੱਧ, ਅਤੇ ਮੀਰੀ ਪੀਰ ਦੇ ਜਿਹੜੇ ਨਿਸ਼ਾਨ ਸਾਹਿਬ ਸੀ ਉੱਚੇ ਚਲਾਏ ਤਾਂ ਕਿ ਸਿੱਖੀ ਦੀ ਖੁਸ਼ਬੂਈ, ਸਿੱਖੀ ਦੀ ਜਿਹੜੀ ਪਹਿਚਾਣ ਆ, ਸਿੱਖੀ ਦੀ ਵਿਲੱਖਣ ਹੋਣ ਦੱਸਦੀ ਆ, ਉਹਦੇ ਦੂਰੋਂ ਹੀ ਦਰਸ਼ਨ ਦੀਦਾਰ ਹੋ ਸਕਣ। ਅੱਜ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਬਾਬਾ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਜਲਾਉ ਸੱਜ ਰਹੇ ਨੇ। ਰਾਤ ਨੂੰ ਦੀਪਮਾਲਾ ਹੋਵੇਗੀ, ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ, ਸਭ ਨੂੰ ਨਾਮਦਾਨ ਅਤੇ ਚਰਨਾਂ ਦੀ ਪ੍ਰੀਤੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।